ਸਸ਼ੀ ਕਾਲ एवरीवन ਗਿਲਜ ਮੈਂਟਰ ਦੇ ਅਫੀਸ਼ੀਅਲੀ YouTube ਚੈਨਲ ਤੇ ਮੈਂ ਤੁਹਾਡਾ ਸਭ ਦਾ ਵੈਲਕਮ ਕਰ ਰਿਹਾ ਹਾਂ ਔਰ ਉਮੀਦ ਕਰ ਰਹੇ ਹਾਂ ਕਿ ਤੁਸੀਂ ਜਿੱਥੇ ਵੀ ਹੋਵੋਗੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਦੇ ਲਾਈਵ ਸੈਸ਼ਨ ਚ ਬਹੁਤ ਸਾਰੇ ਪੁਆਇੰਟਸ ਨੇ ਜਿਹੜੇ ਡਿਸਕਸ ਕਰਨੇ ਹਨ ਖਾਸ ਤੌਰ ਤੇ ਥੋੜੇ ਹੀ ਪੁਆਇੰਟਸ ਨੇ ਇਹ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਸਿਲੇਬਸ ਟੌਪਿਕ ਵਾਈਜ਼ ਕੀ ਕੀ ਨੇ ਜਿੱਦਾਂ ਕਿ ਮੈਥਸ ਦਾ ਕੀ ਆਏਗਾ ਰੀਜਨਿੰਗ ਹੋ ਗਿਆ ਜੀਕੇ ਹੋ ਗਿਆ ਇੰਗਲਿਸ਼ ਹੈ ਕੰਪਿਊਟਰ ਹੈ ਇਸ ਤੋਂ ਇਲਾਵਾ ਫਿਰ ਦੂਜਾ ਕੁਐਸਚਨ ਬਣਦਾ ਹੈ ਕੀ ਹਾਊ ਟੂ ਪ੍ਰੇਪੇਅਰ ਅਸੀਂ ਪ੍ਰੇਪੇਅਰ ਕਿਵੇਂ ਕਰੀਏ ਔਰ ਇਸ ਤੋਂ ਬਾਅਦ ਹੈ ਕਿ ਜਿਹੜੇ ਸਟੂਡੈਂਟਸ ਸਾਨੂੰ ਕਹਿ ਰਹੇ ਨੇ ਸਰ ਕਿ ਤੁਸੀਂ ਫਾਰਮ ਭਰਨ ਦੀ ਪ੍ਰੋਸੈਸ ਦੱਸੋ ਠੀਕ ਹੈ ਉਹਦੇ ਸਬੰਧ ਵਿੱਚ ਡਿਸਕਸ ਕਰਾਂਗੇ ਇਸ ਤੋਂ ਇਲਾਵਾ ਸਟੱਡੀ ਨੋਟਸ ਦੀ ਗੱਲ ਕਰਾਂਗੇ ਔਰ ਫਾਈਨਲੀ ਫਿਰ ਆਪਾਂ ਡਿਸਕਸ ਕਰਾਂਗੇ ਕਿ ਇਹ ਐਗਜ਼ਾਮ ਕਦੋਂ ਹੋ ਸਕਦਾ ਹੈ ਕੀ ਸੰਭਾਵਨਾ ਹੈ ਠੀਕ ਹੈ ਦੋਸਤੋ ਤਾਂ ਮੇਰੀ ਤੁਹਾਨੂੰ ਸਭ ਨੂੰ ਇੱਕ ਰਿਕਵੈਸਟ ਹੈ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ ਪਲੀਜ਼ ਸੈਸ਼ਨ ਸ਼ੇਅਰ ਕਰ ਦਿਓ ਕਿਉਂਕਿ ਸਾਡੇ ਕੋਲੇ ਪਰਸਨਲੀ ਬੱਚਿਆਂ ਦੇ ਮੈਸੇਜਸ ਆਉਂਦੇ ਨੇ ਰਾਤ ਦੇ 12:00 12:00 1:00 ਵਜੇ ਤੱਕ ਮੈਸੇਜਸ ਆਉਂਦੇ ਨੇ ਤਾਂ ਤੁਸੀਂ ਸੋਚਣ ਵਾਲੀ ਗੱਲ ਹੈ ਕਿ ਉਹ ਬੱਚੇ ਵਾਕਈ ਪਰੇਸ਼ਾਨ ਨੇ ਜਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਫਸਟ ਟਾਈਮ ਕੋਈ ਸਟੂਡੈਂਟਸ ਜਦੋਂ ਕੋਈ ਕੰਮ ਕਰਦਾ ਹੈ ਪ੍ਰੀਪਰੇਸ਼ਨ ਕਰਦਾ ਹੈ ਤਾਂ ਡੈਫੀਨਿਟਲੀ ਉਸ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਡਾਊਟ ਹੈ ਕਲੀਅਰ ਹੋਣਗੇ ਹੋ ਸਕਦਾ ਹੈ ਕਿ ਕੋਈ ਜਲਦਬਾਜੀ 'ਚ ਆਪਣਾ ਫਾਰ ਕਿਉਂਕਿ ਕਾਫੀ ਸਮੇਂ ਬਾਅਦ ਇਹ ਪੋਸਟ ਆਈ ਹੈ ਤਾਂ ਹਰ ਕਿਸੇ ਨੂੰ ਇੱਕ ਉਮੀਦ ਹੈ ਇੱਕ ਉਮੀਦ ਜਗੀ ਹੈ ਕਿ ਹਾਂ ਕਿਤੇ ਨਾ ਕਿਤੇ ਮੈਂ ਥੋੜਾ ਹਾਰਡਵਰਕ ਕਰਾਂ ਤਾਂ ਮੇਰਾ ਇੱਥੇ ਪੱਕਾ ਯਕੀਨਨ ਤੌਰ ਤੇ ਸਿਲੈਕਸ਼ਨ ਹੋ ਜਾਵੇ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਟੌਪਿਕ ਵਾਈਜ਼ ਜੋ ਸਿਲੇਬਸ ਨੇ ਕਿਹੜਾ-ਕਿਹੜਾ ਆ ਉਸ ਤੋਂ ਪਹਿਲਾਂ ਦੱਸਣਾ ਚਾਹੁੰਦਾ ਕਿ ਗਿਲਜ਼ ਮੈਂਟਰ ਤੁਹਾਨੂੰ ਇਸ ਐਗਜ਼ਾਮ ਦੇ ਸਬੰਧ ਵਿੱਚ ਪੂਰੀ ਪ੍ਰੈਪਰੇਸ਼ਨ ਕਰਵਾ ਰਿਹਾ ਵਾ ਤਾਂ ਇਹਦੇ ਸਬੰਧ ਵਿੱਚ ਤੁਸੀਂ ਗਿਲਜ਼ ਮੈਂਟਰ ਨੂੰ ਟਾਈਮ ਟੂ ਟਾਈਮ ਸਾਰੇ ਸੈਸ਼ਨਸ ਦੇਖੋ ਔਰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਜੇ ਤੁਹਾਡੇ ਕੋਲੇ ਨੋਟੀਫ ਵਾਪਸ ਸਾਡੇ YouTube ਚੈਨਲ ਤੇ ਜਾ ਕੇ ਬੈਲ ਆਈਕਨ ਨੂੰ ਵਾਪਸ ਤੋਂ ਪ੍ਰੈਸ ਕਰੋ ਕਿ ਤੁਹਾਡੇ ਕੋਲੇ ਵਾਕਈ ਹੀ ਨੋਟੀਫਿਕੇਸ਼ਨ ਆ ਰਿਹਾ ਵਕ ਨਹੀਂ ਆ ਰਿਹਾ ਕਈ ਬਾਰ ਕਲਾਸ ਅੱਗੇ ਪਿੱਛੇ ਹੋ ਜਾਂਦੀ ਇਸ ਕਰਕੇ ਸ਼ਮਾ ਚਾਹਾਂਗੇ ਡਿਊ ਟੂ ਯਾਨੀ ਪੂਰ ਨੈਟਵਰਕ ਕਰਕੇ ਤੁਸੀਂ ਵੀ ਸਮਝ ਸਕਦੇ ਹੋ ਬਟ ਸਾਡੀਆਂ ਕਲਾਸਿਸ ਕੰਟੀਨਿਊ ਰਹਿਣਗੀਆਂ ਦੋਸਤੋ ਇਹਨਾਂ ਸੈਸ਼ਨ ਦੇ ਅਲਾਵਾ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਸਾਡੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਗਏ Instagram ਨੂੰ डेफिनेटली ਤੌਰ ਤੇ ਜੁਆਇਨ ਕਰ ਲਓ ਉੱਥੇ ਅਸੀਂ ਮੈਕਸਿਮਮ ਟਾਈਮ ਤੱਕ ਮਟੀਰੀਅਲ ਸੈਂਡ ਕਰਦੇ ਹਾਂ ਹੋ ਸਕਦਾ ਹੈ ਕਿ ਵਿਜੀ ਸ਼ਡਿਊਲ ਕਰਕੇ ਅਸੀਂ ਤੁਹਾਡੇ ਤੱਕ ਡੇਲੀ ਨਹੀਂ ਕਰ ਰਹੇ ਲੇਕਿਨ ਅਸੀਂ 3rd 4th ਦਿਨ ਡੇਫिनेटली ਤੁਹਾਨੂੰ ਮਟੀਰੀਅਲ ਸੈਂਡ ਕਰਾਂਗੇ ਠੀਕ ਹੈ ਨਿਸ਼ਚਿਤ ਤੌਰ ਤੇ ਕਿਸੇ ਨੇ ਵੀ ਘਬਰਾਉਣਾ ਨਹੀਂ ਹੈ ਉਸ ਤੋਂ ਇਲਾਵਾ ਤੁਹਾਡੇ ਲਈ ਇੱਕ ਬਹੁਤ ਹੀ ਇੰਪੋਰਟੈਂਟ ਇੱਕ ਅਪਡੇਟ ਨਿਕਲ ਕੇ ਆਏਗੀ ਕੁਝ ਦਿਨਾਂ ਬਾਅਦ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡਾ ਇਹ ਐਗਜ਼ਾਮ ਬਿਹਤਰ ਤਰੀਕੇ ਨਾਲ ਪੂਰੀ ਜਾਨ ਲਾ ਦਾਂਗੇ ਔਰ ਪੂਰੀ ਮਿਹਨਤ ਤੁਹਾਡੇ ਨਾਲ ਕਰਾਂਗੇ ਤਾਂ ਕਿ ਇਸ ਐਗਜ਼ਾਮ ਨੂੰ ਅੱਛੇ ਤਰੀਕੇ ਨਾਲ ਕਵਰ ਕੀਤਾ ਜਾ ਸਕੇ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਕਿ ਮੈਥ ਦੇ ਵਿੱਚ ਜਿਹੜਾ ਕਿ ਨੰਮਰੀਕਲ ਐਪਟੀਟਿਊਡ ਦਿੱਤਾ ਆ ਉਸ ਦਾ ਮਤਲਬ ਕੀ ਹੈ ਇੱਕ ਕੀ ਆਪਾਂ ਕਹਿ ਸਕਦੇ ਹਾਂ ਕਿ ਕੁਆਂਟ ਦਾ ਪਾਰਟਰ ਨੰਮਰੀਕਲ ਯਾਨੀ ਤੁਸੀਂ ਕਦੇ ਵੀ ਦੇਖਿਆ ਹੋਵੇਗਾ ਕਿ ਬੈਂਕਿੰਗ ਇਗਜ਼ਾਮ ਦੇ ਵਿੱਚ ਵੀ ਤੁਹਾਨੂੰ ਬੈਂਕ ਕਲਰਕ ਔਰ ਬੈਂਕ ਪੀਓ ਦਾ ਸਿਲੇਬਸ ਡਿਫਰੈਂਟ ਹੁੰਦਾ ਆ ਲੇਕਿਨ ਪ੍ਰੀਵੀਅਸ ਈਅਰ ਪੇਪਰ ਨੂੰ ਦੇਖਦੇ ਹੋਏ ਪਿਛਲੇ ਸਾਲ ਜੋ 2018 ਚ ਪੇਪਰ ਹੋਇਆ ਸੀਗਾ ਤਾਂ ਲਗਭਗ ਜਨਰਲਲੀ ਤੌਰ ਤੇ ਆਪਾਂ ਗੱਲ ਕਰੀਏ ਕਿ ਉਦਾਂ ਦੇ ਕੁਐਸਚਨ ਸੀਗੇ ਜਿਹੜੇ ਥੋੜੇ ਜਿਹਾ ਕਿਤੇ ਨਾ ਕਿਤੇ ਕੰਪਲਿਕੇਟਿਵ ਟਾਈਪ ਕੁਐਸਚਨ ਸੀਗੇ ਸਿਲੇਬਸ ਤੇ ਪਹਿਲਾਂ ਡਿਸਕਸ ਕਰਦੇ ਹਾਂ ਉਸ ਤੋਂ ਬਾਅਦ ਦੀਆਂ ਬਾਅਦ ਚ ਗੱਲਾਂ ਕਰਦੇ ਹਾਂ ਰੇਸ਼ੀਓ ਪ੍ਰੋਪੋਰਸ਼ਨ ਇਹ ਟਾਪਿਕ ਤੁਹਾਨੂੰ ਆਏਗਾ ਉਸ ਤੋਂ ਇਲਾਵਾ ਸਿੰਪਲ ਇੰਟਰਸਟ ਕੰਪਾਊਂਡ ਇੰਟਰਸਟ ਡੀਆਈ ਹੋਗੀ ਪ੍ਰੋਬਲਮਸ ਔਨ ਟ੍ਰੇਨ ਪ੍ਰੋਬਲਮਸ ਔਨ ਟ੍ਰੇਨ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਟ੍ਰੇਨ ਐਂਡ ਟਾਈਮ ਬਾਰੇ ਜਾਣਦੇ ਹੋ ਟਾਈਮ ਐਂਡ ਡਿਸਟੈਂਸ ਹੋ ਗਿਆ प्रॉफिट ਐਂਡ ਲਾਸ ਹੋ ਗਿਆ ਸੀਐਫ ਐਂਡ ਐਲਸੀਐਮ ਦੇ ਕਨਸੈਪਟ ਹੋ ਗਏ ਨੇ ਇਸ ਤੋਂ ਇਲਾਵਾ ਨੰਬਰ ਸਿਸਟਮ ਹੋ ਗਿਆ ਪ੍ਰੋਬਲਮ ਔਨ 에जेस ਹੋ ਗਿਆ ਟਾਈਮ ਐਂਡ ਵਰਕ ਹੋ ਗਿਆ ਮਿਕਸਰ ਐਲੀਗੇਸ਼ਨ ਡਿਸਕਾਊਂਟ ਐਂਡ ਬੋਟਸ ਐਂਡ ਸਟ੍ਰੀਮ ਬੇਸਿਕਲੀ ਜਿਹੜਾ ਨਮਰੀਕਲ ਐਬਟੀਟਿਊਡ ਦਾ ਟੈਸਟ ਹੈ ਇਹਦੇ ਚ ਤੁਹਾਨੂੰ ਕਿਸੇ ਵੀ ਪ੍ਰਕਾਰ ਦਾ ਹਾਇਰ ਪਾਰਟ ਨਹੀਂ ਪੁੱਛਿਆ ਜਾਏਗਾ ਜਿੱਦਾਂ ਮੈਂ ਕਹਿ ਸਕਦਾ ਹਾਂ ਕਿ ਅਲਜੇਬਰਾ ਹੋ ਗਿਆ ਜਿਓਮੈਟਰੀ ਹੋ ਗਿਆ ਹਾਇਰ ਜਿਓਮੈਟਰੀ ਹੋ ਗਿਆ ਫਿਰ ਉਸ ਤੋਂ ਇਲਾਵਾ ਟ੍ਰਿਗਨੋਮੈਟਰੀ ਹੋ ਗਿਆ ਮੈਨਚੁਰੇਸ਼ਨ ਹੋ ਗਿਆ 2D 3D ਰਾਈਟ ਇਦਾਂ ਦੇ ਕੁਝ ਵੀ ਤੁਹਾਨੂੰ ਇਸ ਸਿਸਟਮ Like it's numerical. ਆ ਤੁਹਾਡਾ ਟੈਸਟ ਹੋਏਗਾ ਔਰ ਮੈਕਸਿਮਮ ਟਾਈਮ ਤੱਕ ਆਪਾਂ ਇਦਾਂ ਵੀ ਦੇਖਿਆ ਹੈ ਕਿ ਕੁਐਸਚਨ ਥੋੜੇ ਜਿਹੀ ਕਿਤੇ ਨਾ ਕਿਤੇ ਟ੍ਰੀਕੀ بیس ਦੇ ਹੁੰਦੇ ਨੇ ਤਾਂ ਤੁਸੀਂ ਇਸ ਨੂੰ ਲਾਈਟ ਨਹੀਂ ਲੈ ਸਕਦੇ ਹੋ ਹੁਣ ਆਪਾਂ ਇੱਕ ਨਜ਼ਰ ਪਾਉਣੀ ਹੈ ਰੀਜਨਿੰਗ ਤੇ ਰੀਜਨਿੰਗ ਦੇ ਟਾਪਿਕਸ ਕਿਹੜੇ-ਕਿਹੜੇ ਆਉਣਗੇ ਮੇਰੇ ਪਿਆਰੇ ਦੋਸਤੋ ਯਾਨੀ ਡਾਇਰੈਕਸ਼ਨ ਦਾ ਟਾਪਿਕ ਆਏਗਾ ਕਲॉक ਆਏਗਾ ਨੰਬਰ ਸੀਰੀਜ਼ ਯਾਨੀ ਕੋਡਿੰਗ ਡੀਕੋਡਿੰਗ ਠੀਕ ਹੈ ਫਿਰ ਉਸ ਤੋਂ ਬਾਅਦ ਹੋ ਗਿਆ ਕਿ ਵਰਡ ਬਿਲਡਿੰਗ ਹੋ ਗਿਆ ਸੈਟਿੰਗ ਅਰੇਂਜਮੈਂਟ ਹੋ ਗਿਆ ਕੈਲੰਡਰ ਹੋ ਗਿਆ ਬਲੱਡ ਰਿਲੇਸ਼ਨ ਹੋ ਗਿਆ ਨੋਨ ਵਰਬਲ ਸੀਰੀਜ਼ ਵੀ ਆ ਸਕਦੀ ਹੈ ਸਟੇਟਮੈਂ ਵਾ ਵੀ ਕੁਝ ਪਾਰਟਸ ਨੇ ਜਿਹੜੇ ਕਿ ਮੈਂ ਤੁਹਾਨੂੰ ਵੈਸੇ ਹੀ ਦੱਸ ਦਿੰਨਾ ਹੈ ਲਾਈਕ ਤੁਸੀਂ ਸਮਝ ਸਕਦੇ ਹੋ ਕਿ ਇਸ ਲੋਗ ਦੇ ਹੋਗੇ ਨੇ ਠੀਕ ਹੈ ਲੈਸ ਦਨ ਜਾਂ ਆਪਾਂ ਕਹਿ ਸਕਦੇ ਤੁਸੀਂ ਆਮ ਪਾਸਾ ਸਮਝ ਸਕਦੇ ਹੋ ਗ੍ਰੇਟਰ ਦਨ ਲੈਸ ਦਨ ਹੋ ਗਿਆ ਵਾ ਠੀਕ ਹੈ ਇਸ ਤੋਂ ਇਲਾਵਾ ਕਲਾਸੀਫਿਕੇਸ਼ਨ ਹੋ ਗਿਆ ਐਨਲੋਜੀ ਹੋ ਗਿਆ ਔਰ ਇਸ ਤੋਂ ਇਲਾਵਾ ਵੀ ਕੁਝ ਯਾਨੀ ਕੁਐਸਚਨਸ ਹੁੰਦੇ ਨੇ ਸਿਟਿੰਗ ਅਰੇਂਜਮੈਂਟ ਦੇ ਜਿਹਦੇ ਵਿੱਚ ਤਿੰਨ ਚਾਰ ਤਰੀਕੇ ਦੇ ਤੁਹਾਨੂੰ ਕੁਐਸਚਨਸ ਪੁੱਛੇ ਜਾਂਦੇ ਨੇ ਉਹ ਸਾਰੇ ਇਹਦੇ ਵਿੱਚ ਕਨਸੈਪਟ ਚ ਆਉਣਗੇ ਇਸ ਤੋਂ ਇਲਾਵਾ ਤੁਹਾਨੂੰ ਕਿਸੇ ਪ੍ਰਕਾਰ ਦੇ ਕੁਐਸਚਨਸ ਰੀਡ ਕਰਨ ਦੀ ਜ਼ਰੂਰਤ ਨਹੀਂ ਰਹੇਗੀ ਨੈਕਸਟ ਗੱਲ ਕਰਦੇ ਹਾਂ ਕਿ ਜੋ ਸਾਡਾ ਜਨਰਲ ਅਵੇਅਰਨੈਸ ਯਾਨੀ ਜਨਰਲ ਨੋਲੇਜ ਦਾ ਜੋ ਟੌਪਿਕ ਆਏਗਾ ਜੀਓਗ੍ਰਾਫੀ ਆਫ ਇੰਡੀਆ ਜੀਓਗ੍ਰਾਫੀ ਆਫ ਪੰਜਾਬ ਇਕਨੋਮੀ ਕਰੰਟ ਅਫੇਅਰਸ ਠੀਕ ਹੈ ਕਰੰਟ ਅਫੇਅਰ ਆਫ ਪੰਜਾਬ ਪੰਜਾਬ ਹਿਸਟਰੀ ਪੰਜਾਬ ਹਿਸਟਰੀ ਦੀ ਗੱਲ ਕਰਦੇ ਹਾਂ ਤਾਂ ਲਗਭਗ ਤੁਹਾਨੂੰ ਡੀਪ ਲੈਵਲ ਦੀ ਨਹੀਂ ਪੁੱਛੀ ਜਾਂਦੀ ਐਂਸ਼ੀਐਂਟ ਪਾਰਟ ਨਹੀਂ ਪੁੱਛਿਆ ਜਾਏਗਾ ਠੀਕ ਹੈ ਮੀਡੀਵਲ ਦੀ ਵੀ ਗੱਲ ਕਰਦੇ ਹਾਂ ਤਾਂ ਮਾਡਰਨ ਹਿਸਟਰੀ ਦੇ ਸਬੰਧ ਵਿੱਚ ਕੁਐਸਚਨ ਪੁੱਛੇ ਜਾਂਦੇ ਨੇ ਅਵਾਰਡਸ ਹੋਗੇ ਅਵਾਰਡਸ ਦੀ ਗੱਲ ਕਰਦੇ ਹਾਂ ਨੈਸ਼ਨਲ ਹੋ ਗਿਆ ਇੰਟਰਨੈਸ਼ਨਲ ਹੋ ਗਿਆ ਜਾਂ ਸਟੇਟ ਸਟੇਟ ਦੇ ਵੀ ਕਿਸੇ ਨੂੰ ਵੀ ਜਿੱਦਾਂ ਕੋਈ ਅਵਾਰਡ ਮਿਲਿਆ ਚ ਭਾਰਤ ਰਤਨ ਦਿੱਤਾ ਹੈ ਹਾਲੀ ਦੇ ਵਿੱਚ ਅ ਅਵਾਰਡਸ ਅਰਜੁਨ ਅਵਾਰਡ ਮਿਲੇ ਨੇ ਇਹਨਾਂ ਨੇ ਕੀ ਕੀ ਨਾਮ ਨੇ ਕਿਹਨੂੰ ਕਿਹਨੂੰ ਦਿੱਤਾ ਗਿਆ ਇਦਾਂ ਦੇ ਸਮਨ ਸਪੋਰਟਸ ਇਵੈਂਟ ਹੋ ਗਏ ਚਾਹੇ ਉਹ ਨੈਸ਼ਨਲ ਹੈ ਇੰਟਰਨੈਸ਼ਨਲ ਹੈ ਠੀਕ ਹੈ ਪੰਜਾਬ ਕਰੰਟ ਅਪਡੇਟਸ ਹੋਗੀ ਔਰ ਨੈਸ਼ਨਲ ਇੰਟਰਨੈਸ਼ਨਲ ਨਿਊਜ਼ਸ ਹੋਗੀ ਠੀਕ ਹੈ ਇਸ ਤੋਂ ਇਲਾਵਾ ਯਾਨੀ ਜੋ ਵੀ ਅਪਡੇਟਸ ਹੋਈ ਹੈ 370 ਬਾਰੇ ਲੇਟੈਸਟ ਜਾਣਕਾਰੀ ਹੈ ਜਾਂ ਚੰ드ਰਯਾਨ 2 ਬਾਰੇ ਇਦਾਂ ਦੇ ਕੁਐਸਚਨ ਸਾਨੂੰ ਪੇਪਰ 'ਚ ਦੇਖਣ ਨੂੰ ਜ਼ਰੂਰ ਮਿਲਣਗੇ ਜਿਹਦੇ ਸਬੰਧ 'ਚ ਸਾਡੇ ਜੀਕੇ ਦੇ ਟੀਚਰ ਨੇ ਉਹ ਤੁਹਾਨੂੰ ਟਾਈਮ ਟੂ ਟਾਈਮ ਸਾਰੀਆਂ ਕਲਾਸਿਸ ਪ੍ਰੋਵਾਈਡ ਕਰਵਾ ਰਹੇ ਨੇ ਔਰ ਇਹਦੇ ਸਬੰਧ 'ਚ ਤੁਹਾਨੂੰ ਅਸੀਂ ਕੰਬਾਈਨਡ ਇੱਕ ਬੁੱਕ ਵੀ ਪ੍ਰੋਵਾਈਡ ਕਰਵਾਵਾਂਗੇ ਤਾਂਕਿ ਤੁਸੀਂ ਬਹੁਤ ਆਸਾਨੀ ਨਾਲ ਪ੍ਰੈਪਰੇਸ਼ਨ ਕਰ ਸਕੋਗੇ ਦੋਸਤੋ ਦੱਸਣਾ ਚਾਹੁੰਨਾ ਹੈ ਕਿ ਤੁਹਾਡੇ ਚ ਜੋ ਵੀ ਫਰੈਸ਼ਰ ਕੈਂਡੀਡੇਟ ਨੇ ਲਗਭਗ ਯਾਨੀ 25 ਨੰਬਰ ਦਾ ਮੈਥ ਆਏਗਾ ਔਰ 25 ਨੰਬਰ ਦਾ ਰੀਜ਼ਨਿੰਗ ਆਏਗਾ 50 ਨੰਬਰਾਂ ਦਾ ਦੋਨੋਂ ਪਾਰਟ ਹੋਣਗੇ ਤੀਜਾ ਵੱਡਾ ਪਾਰਟ ਗੱਲ ਕਰਦੇ ਆਂ ਇੰਗਲਿਸ਼ ਦਾ ਆਏਗਾ ਜਿੱਦੇ ਚੋਂ 20 20 ਨੰਬਰ ਦਾ ਇੰਗਲਿਸ਼ ਆਏਗਾ ਫਿਰ 10 ਨੰਬਰ ਦਾ ਕੰਪਿਊਟਰ ਹੋਣਾ ਹੈ ਤੁਹਾਨੂੰ ਇਸ ਪੇਪਰ 'ਚ ਪੰਜਾਬੀ ਨਹੀਂ ਪੁੱਛੀ ਜਾ ਰਹੀ ਠੀਕ ਹੈ ਜਿੱਦ ਤੋ ਤੱਕ ਪੁਆਇੰਟ ਆਉਂਦਾ ਟਾਈਪਿੰਗ ਦਾ ਮੇਰੇ ਪਿਆਰੇ ਦੋਸਤੋ ਮੈਂ ਵਾਪਸ ਤੋਂ ਫਿਰ ਰਿਪੀਟ ਕਰਾਂਗਾ ਤੁਹਾਡੇ ਚ ਬਹੁਤ ਜ਼ਿਆਦਾ ਇਦਾਂ ਦੇ ਸਟੂਡੈਂਟਸ ਹੁੰ ਕਿਸੇ ਨਾ ਕਿਸੇ ਦੇਖੋ YouTube ਨਾਲ ਤੁਸੀਂ ਜੁੜੇ ਹੋ ਤਾਂ ਤੁਹਾਨੂੰ ਟੀਚਰ ਇੱਕ ਆਪਣਾ ਐਕਸਪੀਰੀਅੰਸ ਔਰ ਪ੍ਰੋਪਰ ਕੁਆਲਿਟੀ ਸ਼ੇਅਰ ਕਰਦਾ ਹੈ ਕਿ ਤੁਸੀਂ ਕਿੱਦਾਂ ਕੀ ਕਰ ਸਕਦੇ ਹੋ ਬਟ ਬਹੁਤ ਜ਼ਿਆਦਾ ਸਟੂਡੈਂਟਸ ਇਦਾਂ ਹੁੰਦੇ ਨੇ ਜਿਹੜੇ ਕਿਸੇ ਵੀ ਸੈਸ਼ਨ ਨੂੰ ਅੱਛੇ ਤਰੀਕੇ ਨਾਲ ਦੇਖਦੇ ਨਹੀਂ ਔਰ ਬਾਅਦ ਚ ਸਮਝਦੇ ਨਹੀਂ ਹੈ ਟਾਈਪਿੰਗ ਟੈਸਟ ਸਾਡਾ ਨਾ ਇਸ ਰਿਟਨ ਐਗਜ਼ਾਮ ਤੋਂ ਪਹਿਲਾਂ ਹੋਣਾ ਹੈ ਨਾ ਬਾਅਦ ਚ ਹੋਣਾ ਹੈ ਟਾਈਪਿੰਗ ਟੈਸਟ ਹੋਣਾ ਹੈ ਸਾਡਾ ਜੇ ਅਸੀਂ ਇਸ ਫਾਈਨਲ ਪੇਪਰ ਨੂੰ ਕੁਆਲੀਫਾਈ ਕਰਦੇ ਹਾਂ ਕਾਉਂਸਲਿੰਗ ਹੁੰਦੀ ਹੈ ਕਾਉਂਸਲਿੰਗ ਹੋਣ ਤੋਂ ਬਾਅਦ ਸਾਡੇ ਹੱਥ 'ਚ ਅਪੁਆਇੰਟਮੈਂਟ ਲੈਟਰ ਆਉਂਦਾ ਹੈ ਅਪੁਆਇੰਟ ਲੈਟਰ ਆਉਣ ਤੋਂ ਬਾਅਦ ਸਾਡੀ ਪਟਿਆਲੇ ਟ੍ਰੇਨਿੰਗ ਸ਼ੁਰੂ ਹੋਏਗੀ 2 ਸਾਲ ਦੀ ਇਹ 2 ਸਾਲ ਦਾ ਪ੍ਰੋਵੀਸ਼ਨ ਪੀਰੀਅਡ ਹੋਏਗਾ ਇਸ ਦਰਮਿਆਨ ਤੁਸੀਂ ਆਪਣੇ ਟਾਈਪਿੰਗ ਟੈਸਟ ਕੁਆਲੀਫਾਈ ਕਰਨੇ ਕੰਪਲਸਰੀ ਹੈ ਇਹੀ ਕੰਡੀਸ਼ਨ ਇੱਥੇ ਹੈ ਇਦਾਂ ਨਹੀਂ ਕਿ ਤੁਸੀਂ ਜਿਵੇਂ ਤੁਹਾਨੂੰ ਪਤਾ ਹੋਵੇਗਾ ਕਿ ਪੀ ਟ੍ਰਿਪਲ ਐਸ ਵੀ ਬੋਰਡ ਦਾ ਜੋ ਪੇਪਰ ਹੋਇਆ ਸੀਗਾ ਉਹਦੇ 'ਚ ਤੁਹਾਡੀ ਪਹਿਲਾਂ ਟਾਈਪਿੰਗ ਹੋਈ ਸੀ ਇਦਾਂ ਦੀ ਕੰਡੀਸ਼ਨ ਇੱਥੇ ਨਹੀਂ ਹੈ ਕਲੀਅਰ ਹੈ ਉਸ ਤੋਂ ਇਲਾਵਾ ਦੂਜੀ ਗੱਲ ਕਰਦੇ ਹਾਂ ਈਡਬਲਯੂ ਐਸ ਈਡਬਲਯੂ ਐਸ ਯਾਨੀ ਇਕੋਮਿਕ ਜਿਨ੍ਹਾਂ ਦੀ ਇਕਨੋਮੀ ਬੈਟਰ ਨਹੀਂ ਹੈ ਪਿੱਛੇ ਜੇ ਮੋਦੀ ਗਵਰਨਮੈਂਟ ਨੇ 2019 ਦੇ ਅੰਦਰ ਬਿਫੋਰ ਇਲੈਕਸ਼ਨ ਆਫ ਲੋਕ ਸਭਾ ਤੋ ਪਹਿਲਾਂ 10% ਜਨਰਲ ਨੂੰ ਕੋਟਾ ਦਿੱਤਾ ਹੈ ਉਸ ਕੋਟੇ ਦੇ ਤਹਿਤ ਅਗਰ ਤੁਹਾਡੇ ਕੋਲ ایਡਬਲਯੂਐਸ ਸਰਟੀਫਿਕੇਟ ਹੈ ਤਾਂ ਗਾਇਸ ਯੂ ਕੈਨ ਅਪਲਾਈ ਇਨ ਦਾ ਕੋਟਾ ਕੋਟੇ ਦੇ ਵਿੱਚ ਟੋਟਲ 100 ਪੋਸਟਾਂ ਨੇ ਅਦਰਵਾਈਜ਼ ਜਿਹੜੇ ਜਨਰਲ ਨੇ ਜਿਨ੍ਹਾਂ ਕੋਲੇ ਕਿਸੇ ਪ੍ਰਕਾਰ ਦਾ ਸਰਟੀਫਿਕੇਟ ਨਹੀਂ ਹੈ ਉਹਨਾਂ ਦੀਆਂ 400 ਪੋਸਟਾਂ ਨੇ ਤਾਂ ਉਹ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਕਲੀਅਰ ਹੈ ਕਿਸੇ ਪ੍ਰਕਾਰ ਦਾ ਡਾਊਟ ਨਹੀਂ ਹੈ ਇਸ ਤੋਂ ਇਲਾਵਾ ਮਾਫੀ ਚਾਹਾਂਗੇ ਜੋ ਵੀ ਕੈਂਡੀਡੇਟ ਸਾਡੇ ਤੋਂ ਇਦਾਂ ਦੀ ਐਕਸਪੈਕਟੇਸ਼ਨ ਕਰਦਾ ਹੈ ਕਿ ਤੁਸੀਂ ਤੁਹਾਨੂੰ ਫਾਰਮ ਭਰਨ ਦਾ ਪ੍ਰੋਸੀਜਰ ਦੱਸਾਂਗੇ ਬਿਕੋਜ਼ ਵੀ ਆਰ ਇੰਸਟੀਟਿਊਸ਼ਨ ਠੀਕ ਹੈ ਟੂ ਟੀਚ ਯੂ and to prepare you for the further examination of any kind like banking SSC Punjab government ya other koi bhi paper hai asi ek forum par wale authority nahi hai taaki tonu pura video banake dassange because we don't have a time theek hai idan di activity waste sade kole time hai ni is karke asi maafi chahange ਸਰਾਈਟ ਉਸ ਤੋਂ ਇਲਾਵਾ ਮੈਂ ਤੁਹਾਨੂੰ ਇਹੀ ਦੱਸਾਂਗਾ ਕਿਸੇ ਪ੍ਰਕਾਰ ਦੀ ਮਿਸਟੇਕ ਨਹੀਂ ਕਰਨੀ ਜੇ ਤੁਹਾਨੂੰ ਫਾਰਮ ਭਰਨ ਦਾ ਨੋਲੇਜ ਨਹੀਂ ਹੈ ਤਾਂ ਤੁਸੀਂ ਡਾਇਰੈਕਟ ਕਿਤੇ ਨਾ ਕਿਤੇ ਸਾਈਬਰ ਤੁਹਾਡੇ ਕੋਲੇ ਜੋ ਵੀ ਸ਼ਾਪ ਹੈ ਸਾਈਬਰ ਕੈਫੇ ਆ ਉੱਥੇ ਜਾਓ ਪਲੀਜ਼ ਉੱਥੇ ਫਾਰਮ ਆਪਣਾ ਭਰੋ ਇੰਗਲਿਸ਼ ਦੀ ਗੱਲ ਕਰ ਲੈਨੇ ਆ ਫਿਲ ਇਨ ਦਾ ਬਲੈਂਕਸ ਹੋਣਗੇ ਵੋਕੈਬਲਰੀ ਆਏਗੀ ਵਰਡ ਫਾਰਮੇਸ਼ਨ ਆਏਗਾ ਸਿਨੋਨਿਮਸ ਹੋਏਗਾ 에ਰਰ ਕਰੈਕਸ਼ਨ ਹੋ ਗਿਆ ਪ੍ਰੈਪੋਜੀਸ਼ਨਸ ਹੋਗੇ ਐਂਟੋਨਿਮਸ ਹੋਗੇ ਜੋ ਸੈਂਟੈਂਸ ਕੰਪਲੀਸ਼ਨਸ ਹੋਗੇ ਇਸ ਤੋਂ ਇਲਾਵਾ ਯਾਨੀ ਕੰਪਰੀਹੈਂਸਨਸ ਹੋਗੇ ਸੈਂਟੈਂਸ ਟ੍ਰਾਂਸਲੇਸ਼ਨ ਟ੍ਰਾਂਸਲੇਸ਼ਨ ਹੋ ਗਿਆ ਰੀਅਰੇਂਜਮੈਂਟ ਹੋ ਗਿਆ ਜੰਬਲਿੰਗ ਦੀ ਗੱਲ ਕਰਦੇ ਆਂ ਓਵਰਆਲ ਆਪਾਂ ਗੱਲ ਕਰਦੇ ਆਂ ਐਂਟੋਨਿਮ ਸਿਨੋਨਿਮਸ ਵਨ ਵਰਡ ਤੁਹਾਨੂੰ ਡੈਫੀਨਿਟਲੀ ਪੇਪਰ 'ਚ ਪੁੱਛੇ ਜਾਣਗੇ ਇਸ ਤੋਂ ਇਲਾਵਾ ਲਾਸਟ ਟਾਈਮ ਯਾਨੀ ਇਹਨਾਂ ਨੇ ਪੈਸਿਵਸ ਪੁੱਛੇ ਸੀਗੇ ਤਾਂ ਕੰਪਲੀਟ ਗ੍ਰਾਮਰ ਆਪਾਂ ਇਸ ਨੂੰ ਨਾਮ ਦੇ ਸਕਦੇ ਹਾਂ ਦੋਸਤੋ ਇਹ ਪ੍ਰੇਪਰੇਸ਼ਨ ਤੁਹਾਨੂੰ ਖੁਦ ਕਰਨੀ ਪਵੇਗੀ ਇਸ ਤੋਂ ਇਲਾਵਾ ਕੰਪਿਊਟਰ ਦੀ ਗੱਲ ਕਰਦੇ ਆ ਬੇਸਿਕਲੀ ਜਿੱਥੋਂ ਤੱਕ ਯਾਨੀ ਮੈਕਸਿਮਮ ਕੁਐਸਚਨਸ ਪੁੱਛੇ ਜਾਂਦੇ ਨੇ ਬੇਸਿਕ ਕੰਪਿਊਟਰ ਬੇਸਿਕ ਕੰਪਿਊਟਰ ਚ ਸਾਰੇ ਪਾਰਟ ਆ ਜਾਂਦੇ ਨੇ ਨੈਟਵਰਕਿੰਗ ਐਂਡ ਨੈਟਵਰਕ ਕੀ ਕੈਂਡ ਜੋ ਟੋਪੋਲੋਜੀਸ ਹੋ ਗਿਆ ਠੀਕ ਹੈ ਟੈਕਨੋਲੋਜੀਸ ਆਪਾਂ ਕਹਿ ਸਕਦੇ ਹਾਂ ਸਾਰੇ ਕੁਐਸਚਨਸ ਉਥੋਂ ਇੰਟਰਨੈਟ ਸਿਕਿਉਰਿਟੀ ਹੋ ਗਿਆ ਬੇਸਿਕ ਨੋਲੇਜ ਆਫ ਪ੍ਰੋਗਰਾਮਿੰਗ ਹੋ ਗਿਆ ਲੈਂਗੁਏਜ ਐਂਡ ਡੇਟਾਬੇਸ ਹੋ ਗਿਆ ਠੀਕ ਹੈ ਏ ਦੋਸਤੋ ਅچھے ਤਰੀਕੇ ਨਾਲ ਸਾਨੂੰ ਪ੍ਰੀਪੇਅਰ ਕਰਨਾ ਪਏਗਾ ਫਿਰ ਹੀ ਅਸੀਂ ਇਸ ਇਗਜ਼ਾਮ ਨੂੰ ਅچھے ਤਰੀਕੇ ਨਾਲ ਕੁਆਲੀਫਾਈ ਕਰ ਸਕਦੇ ਹਾਂ ਹੁਣ ਕੁਝ ਤੁਹਾਡੇ ਰਿਮੇਨਿੰਗ ਕੁਐਸਚਨਸ ਨੇ ਜਿੱਦਾਂ ਕਿ ਮੈਂ ਤੁਹਾਨੂੰ ਫਾਰਮ ਭਰਨ ਦੀ ਪ੍ਰੋਸੈਸ ਬਾਰੇ ਸਾਰਾ ਦੱਸਤਾ ਆ ਜਿਹੜੇ ਸਟੂਡੈਂਟਸ ਨੇ ਸੈਮੈਸਟਰ 2 ਦਿੱਤਾ ਆ ਦੋਸਤੋ ਸੈਮੈਸਟਰ 2 ਦਾ ਮਤਲਬ ਹੈ ਕਿ ਤੁਸੀਂ ਫਾਈਨਲ ਇਅਰ ਕਰ ਰਹੇ ਹੋ ਤੁਹਾਡਾ ਫਾਈਨਲ ਇਅਰ ਹੈ ਰਾਈਟ ਮੈਂ ਤੁਹਾਨੂੰ ਦੱਸ ਰਿਹਾ ਮੇਰੀ ਗੱਲ ਤੇ ਧਿਆਨ ਦੇਣਾ ਵਾ ਤੁਹਾਡੇ ਫਾਈਨਲ ਇਅਰ ਦਾ ਤੁਸੀਂ ਪੇਪਰ ਦਿੱਤਾ ਰਿਜ਼ਲਟ ਪੈਂਡਿੰਗ ਹੈ ਤੁਹਾਡੇ ਹੱਥ 'ਚ ਰਿਜ਼ਲਟ ਨਹੀਂ ਹੈ ਤੁਸੀਂ ਫੇਲ ਹੋ ਕਿ ਪਾਸ ਹੋ ਦੋਸਤੋ ਤੁਸੀਂ ਫ ਠੀਕ ਹੈ ਲੇਕਿਨ ਮੈਕਸਿਮਮ ਸਟੂਡੈਂਟਸ ਪਾਸ ਹੀ ਹੁੰਦੇ ਨੇ ਤਾਂ ਤੁਹਾਨੂੰ ਲਗਭਗ ਯਾਨੀ ਰਿਜ਼ਲਟ ਉਦੋਂ ਸ਼ੋਅ ਕਰਨਾ ਹੈ ਜਦੋਂ ਤੁਹਾਨੂੰ ਕਾਉਂਸਲਿੰਗ ਵਾਸਤੇ ਬੁਲਾਇਆ ਜਾਏਗਾ ਫਾਰਮ ਦੇ ਵਿੱਚ ਤੁਸੀਂ ਅਪੀਅਰ ਕਰ ਸਕਦੇ ਹੋ ਠੀਕ ਹੈ ਬਾਕੀ ਤੁਸੀਂ ਇਹਦੀ ਸਬੰਧਤ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਹਾਨੂੰ ਐਡਵਰਟਾਈਜ਼ ਦੇ ਥੱਲੇ ਨੰਬਰ ਦਿੱਤਾ ਹੈ ਕੰਟੈਕਟ ਨੰਬਰ ਦਿੱਤਾ ਹੈ ਉੱਥੇ ਬਿਲਕੁਲ ਕਾਲ ਕਰੋ ਕਲੀਅਰ ਹੋ ਜਾਣਗੇ ਸਾਰੇ ਡਾਊਟ ਕਲੀਅਰ ਹੋਣਗੇ ਤੁਹਾਡੇ ਵੀ ਕੀਤ ਸਿੱਧਾਂ ਦੇ ਸ ਜਾਣਕਾਰੀ ਲੈਣਾ ਚਾਹੁੰਦੇ ਹੋ ਠੀਕ ਹੈ ਇਸ ਤੋਂ ਇਲਾਵਾ ਹੋਰ ਕੁਝ ਇੰਪੋਰਟੈਂਟ ਚੀਜ਼ਾਂ ਨੇ ਸਟੱਡੀ ਮਟੀਰੀਅਲ ਦੀ ਗੱਲ ਕਰਦੇ ਹਾਂ ਸਟੱਡੀ ਮਟੀਰੀਅਲ ਮੇਰੇ ਪਿਆਰੇ ਦੋਸਤੋ ਸਾਡੀ ਕੰਪਿਊਟਰ ਦੀ ਕਲਾਸ ਕੰਪਿਊਟਰ ਦੀ ਕਲਾਸ ਹੈ ਕੰਪਿਊਟਰ ਦੀ ਕਲਾਸ ਸ਼ਾਮ ਨੂੰ 6 ਵਜੇ ਚੱਲਦੀ ਹੈ ਲਾਈਵ ਸੈਸ਼ਨ ਜੁਆਇਨ ਕਰੋ ਲਾਈਵ ਸੈਸ਼ਨ ਦਾ ਮਤਲਬ ਇਹ ਹੈ ਕਿ ਤੁਸੀਂ ਇਹ ਨਾ ਸੋਚੋ ਕਿ ਪੀਡੀਐਫ ਰੀਡ ਕਰਨ ਚ ਸਾਨੂੰ ਘੱਟ ਟਾਈਮ ਲੱਗੇਗਾ ਲੇਕਿਨ ਇਹੀ ਤਾਂ ਸਾਡੀ ਵੱਡੀ ਸਭ ਤੋਂ ਵੱਡੀ ਮੂਰਖਤਾ ਆ ਠੀਕ ਹੈ ਐਦਾਂ ਦਾ ਮਾਰਕੀਟ ਦੇ ਅੰਦਰ ਹਜ਼ਾਰਾਂ ਬੁੱਕਸ ਪਈਆਂ ਨੇ ਲੇਕਿਨ ਹਜ਼ਾਰਾਂ ਬੁੱਕਸ ਪੜ੍ਹ ਕੇ ਅਸੀਂ ਕਦੇ ਪੇਪਰ ਕੁਆਲੀਫਾਈ ਨਹੀਂ ਕਰਨ ਜਾਂਦੇ ਫਿਰ ਤਾਂ ਕੋਚਿੰਗ ਸੈਂਟਰਾਂ ਬੰਦ ਹੋ ਜਾਣ ਫਿਰ ਤਾਂ YouTube ਤੇ ਟੀਚਰਸ ਪੜਾਉਣਾ ਬੰਦ ਕਰ ਦੇਣ ਜੇ ਅਗਰ ਆਪਾਂ ਖਾਲੀ ਬੁੱਕ ਨੂੰ ਪੜ੍ਹ ਲਈਏ ਤਾਂ ਮੇਬੀ ਇਹ ਬਹੁਤ ਇੰਪੋਸੀਬਲ ਹੈ ਤੁਹਾਡੇ ਚ ਇਹ ਨਹੀਂਗਾ ਕਿ ਬਿਨਾਂ ਬੁੱਕ ਪੜ੍ਹਿਆ ਪੀਪਰ ਪਾਸ ਨਹੀਂ ਹੁੰਦਾ ਬਟ ਮੇਰਾ ਕਿਤੇ ਨਾ ਕਿਤੇ ਕਹਿਣਾ ਇਹ ਹੈ ਤੁਹਾਨੂੰ ਸਹੀ ਗਾਈਡ ਕਰ ਰਹੇ ਹਾਂ ਕਿ ਅਸੀਂ ਤੁਹਾਨੂੰ ਜੋ ਪੜਾ ਰਹੇ ਹਾਂ ਸਾਡਾ ਟੀਚਰ ਤੁਹਾਨੂੰ ਬੈਟਰ ਐਕਸਪਲੇਨੇਸ਼ਨ ਕਰਕੇ ਦੱਸੇਗਾ ਪ੍ਰੋਪਰ ਪੰਜਾਬੀ ਚ ਸਮਝਾਏਗਾ ਵੀ ਕੁਐਸਚਨ ਦਾ ਮਤਲਬ ਕੀ ਹੈ ਉਸ ਤੋਂ ਇਲਾਵਾ ਉਹਦੇ ਚਾਰ ਆਪਸ਼ਨਸ ਨੇ ਕਿਉਂ ਐ ਕਿਸ وجہ ਨਾਲ ਐ ਕਲੀਅਰ ਹੈ ਐਦਾਂ ਹੀ ਜੀਕੇ ਦਾ ਟੀਚਰ ਹੈ ਠੀਕ ਹੈ ਪੀਡੀਐਫ ਤੁਹਾਨੂੰ ਦੇਣਾ ਫਿਰ ਰਿਵੀਜ਼ਨ ਵਰਕ ਲਈ ਤੁਸੀਂ ਕੋਸ਼ਿਸ਼ ਕਰੋ ਕਿ ਲਾਈਵ ਸੈਸ਼ਨ ਤੁਸੀਂ ਸੋਚੋ ਕਿ ਮੈਮਰੀ ਕੋਚਿੰਗ ਜਾਣਾ ਹੈ ਉਸ ਵਕਤ ਜਿਸ ਵਕਤ ਲਾਈਵ ਸੈਸ਼ਨ ਹੋਏਗਾ ਤੁਹਾਡੇ ਸਾਹਮਣੇ ਤੁਹਾਡੇ ਅੱਗੇ ਪਿੱਛੇ ਕੋਈ ਨਹੀਂ ਹੋਣਾ ਚਾਹੀਦਾ ਤੁਹਾਡਾ ਫੋਨ ਤੁਹਾਡਾ ਸਿਸਟਮ ਆਪਣਾ ਕਾਪੀ ਪੈਨ ਲਾਗੇ ਰੱਖੋ ਔਰ ਅچھے ਤਰੀਕੇ ਨਾਲ ਪ੍ਰੈਪਰੇਸ਼ਨ ਕਰੋ ਕਲੀਅਰ ਹੈ ਇਸ ਤੋਂ ਇਲਾਵਾ ਸ਼ਾਮ ਨੂੰ ਮੈਥੀ ਕਲਾਸ ਹੁੰਦੀ ਹੈ ਮੇਰਾ ਪ੍ਰਯਾਸ ਹੈ ਕਿ ਤੁਹਾਨੂੰ ਬੇਸਿਕ ਸਤਰ ਤੋਂ ਕਰਵਾਵਾਂ ਨਾ ਕਿ ਤੁਹਾਨੂੰ ਟਫ ਲੈਵਲ ਦਾ ਯਾ ਟ੍ਰੀਕੀ ਲੈਵਲ ਦਾ ਸਿੱਧਾ ਲਿਜਾ ਕੇ ਕੁਐਸਚਨ ਚ ਫਿਟ ਕਰਦਾ ਜਿੱਥੇ ਜਾ ਕੇ ਤੁਸੀਂ ਫਸਜੋ ਅੱਗੇ ਕੁਐਸਚਨਸ ਤੁਹਾਨੂੰ ਹੋਰ ਮਿਲਣ ਦੋਸਤੋ ਕਨਸੈਪਟ ਕਲੀਅਰ ਕਰਨਾ ਉਸ ਤੋਂ ਬਾਅਦ ਟ੍ਰਿਕਸ ਬਣਾਉਣੀ ਹੈ ਵੈਰੀ ਵੈਰੀ ਈਜ਼ੀ ਹੋਏਗਾ ਕਿਉਂਕਿ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ ਮੈਂ ਇੱਥੋਂ ਤੱਕ ਪ੍ਰਯਾਸ ਕਰਾਂਗਾ ਰਾਈਟ ਇਸ ਤੋਂ ਇਲਾਵਾ ਰੀਜਨਿੰਗ ਦੀ ਗੱਲ ਕਰਦੇ ਹਾਂ ਰੀਜਨਿੰਗ ਦੀ ਕਲਾਸਸ ਅਸੀਂ ਬਹੁਤ ਜਲਦੀ ਯਾਨੀ ਲਗਭਗ ਏਸੀ ਵੀਕ ਚ ਸ਼ੁਰੂ ਕਰ ਦਾਂ ਮ ਦਿਨ ਕਲਾਸਿਸ ਰੀਜਨਿੰਗ ਦੇਵਾਂਗੇ ਉਹ ਜਿਹਦੀ ਟਾਈਮਿੰਗ ਲਗਭਗ ਤੁਸੀਂ ਮੰਨ ਕੇ ਚੱਲੋ ਵੀ ਆਫਟਰਨੂਨ ਹੀ ਹੋਏਗੀ ਇਸ ਤੋਂ ਇਲਾਵਾ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਬਹੁਤ ਹੀ ਇੰਪੋਰਟੈਂਟ ਇੱਕ ਅਪਡੇਟ ਹੈ ਜੇ ਤੁਸੀਂ ਇੰਗਲਿਸ਼ ਦੇ ਵਿੱਚ ਆਪਣੀ ਬੜੋਤਰੀ ਚਾਹੁੰਦੇ ਹੋ ਕਿਉਂਕਿ ਸਾਡੇ ਹਜੇ ਤੱਕ ਸਾਡੇ ਕੋਲੇ ਕੋਈ ਟੂ ਦਾ ਫ੍ਰੈਂਕ ਦੱਸਾਂਗੇ ਟੀਚਰ ਸਾਨੂੰ ਅਵੇਲੇਬਲ ਨਹੀਂ ਮਿਲਿਆ ਜੋ ਪੰਜਾਬ ਦੇ ਸਟੂਡੈਂਟਸ ਨੂੰ ਅچھے ਤਰੀਕੇ ਨਾਲ ਸਮਝਾ ਸਕੇ ਜਿੱਦਾਂ ਹੀ ਇਦਾਂ ਦੀ ਪੋਸਿਬਿਲਿਟੀ ਹੁੰਦੀ ਹੈ ਅਸੀਂ ਤੁਹਾਡੇ ਤੱਕ ਸੈਸ਼ਨ ਜ਼ਰੂਰ ਕਵਰ ਕਰਾਂਗੇ ਇਸ ਤੋਂ ਇਲਾਵਾ ਤੁਹਾਡੇ ਲਈ ਇੱਕ ਬਹੁਤ ਹੀ ਇੰਪੋਰਟੈਂਟ ਅਪਡੇਟ ਹੈ ਤੁਹਾਨੂੰ ਮੈਂ ਲਿੰਕ ਦੇਵਾਂਗਾ ਨੀਚੇ ਤੁਸੀਂ ਮੇਰੇ ਮੈਥ ਦੇ ਐਡੀਸ਼ਨਲ ਲੈਕਚਰਸ ਦੇਖ ਸਕਦੇ ਹੋ ਆਪਣਾ ਟਾਈਮ ਕੱਢ ਕੇ ਔਰ ਉੱਥੇ ਤੁਸੀਂ ਇੱਕ ਜੋ ਪਲਾਨ ਦਿੱਤਾ ਹੋਇਆ ਉਹਨਾਂ ਦਾ ਸਬਸਕ੍ਰਾਈਬ ਵੀ ਕਰ ਸਕਦੇ ਹੋ ਉਸ ਪਲਾਨ ਦੇ ਵਿੱਚ ਤੁਹਾਨੂੰ ਇੱਕ ਕੋਡ ਦੱਸਾਂਗਾ ਮੈਂ ਠੀਕ ਹੈ ਕੋਡ ਤੁਸੀਂ ਨੋਟ ਕਰ ਲਓ ਜਗਜੀਤ ਗਿੱਲ 123 ਠੀਕ ਹੈ ਦੋਸਤੋ ਇਦਾਂ ਤੁਸੀਂ ਲਿਖਣਾ ਵਾ ਜਗਜੀਤ ਠੀਕ ਹੈ ਗਿੱਲ ਲਿਖ ਕੇ ਔਰ 123 ਤੁਸੀਂ ਕੋਡ ਫਿਲ ਕਰਨਾ ਉਸ ਕੋਡ ਫਿਲ ਕਰਕੇ ਤੁਸੀਂ ਕੋਈ ਵੀ ਮਹੀਨਾ 2 ਮਹੀਨੇ 3 ਮਹੀਨੇ ਦਾ ਪਲਾਨ ਲੈ ਸਕਦੇ ਹੋ ਉਦੇ ਵਿੱਚ ਇਦਾਂ ਹੋਏਗਾ ਤੁਸੀਂ ਜ਼ਰੂਰੀ ਨਹੀਂ ਕਿ ਮੇਰੇ ਲੈਕਚਰ ਦੇਖੋਗੇ ਤੁਸੀਂ ਬਹੁਤ ਜ਼ਿਆਦਾ ਯਾਨੀ ਇੰਡੀਆ ਦੇ ਬੈਸਟ ਟੀਚਰਸ ਦੇ ਕੋਈ ਵੀ ਲੈਕਚਰ ਲੈਕਚਰ ਦੇਖੋਗੇ ਤੁਹਾਡੇ ਤੋਂ ਕਿਸੇ ਪ੍ਰਕਾਰ ਦਾ ਐਕਸਟਰਾ ਚਾਰजेस ਨਹੀਂ ਲਿਆ ਜਾਏਗਾ ਉਥੇ ਤੁਸੀਂ ਫ੍ਰੀ ਚ ਇੰਗਲਿਸ਼ ਦੇ ਸਟੱਡੀ ਮਟੀਰੀਅਲ ਲੈ ਸਕਦੇ ਹੋ ਤੁਹਾਨੂੰ ਫ੍ਰੀ ਚ ਟੈਸਟ ਸੀਰੀਜ਼ ਵੀ ਮਿਲੇਗੀ ਦੋਸਤੋ ਆਨਲਾਈਨ ਫ੍ਰੀ ਚ ਟੈਸਟ ਸੀਰੀਜ਼ ਮਿਲੇਗੀ ਫੋਰ ਦਾ ਪੇਪਰ ਕੋਈ ਵੀ ਪੇਪਰ ਲਈ ਯਾਨੀ ਸਭ ਤੋਂ ਪਹਿਲਾਂ ਆਪਾਂ ਇੰਗਲਿਸ਼ ਚ ਕਮਾਂਡ ਬਣਾਉਣੀ ਹੈ ਪੀਐਸਪੀਸੀਐਲ ਚ 20 ਨੰਬਰਾਂ ਦੇ ਵਿੱਚੋਂ ਕਮ ਸੇ ਕਮ ਸਾਡਾ ਟਾਰਗੇਟ ਨੀਅਰ ਅਬਾਊਟ 18 ਨੰਬਰ ਹੋਣਾ ਚ ਤ ਸਭ ਤੋਂ ਸਭ ਤੋਂ ਅੱਛਾ ਪਲੇਟਫਾਰਮ ਹੈ ਔਰ ਬਾਕੀ ਕਿਸੇ ਵੀ ਸਟੂਡੈਂਟਸ ਨੂੰ ਕਿ ਇਦਾਂ ਦੀ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਮੈਂ ਤੁਹਾਨੂੰ ਜਾਣਕਾਰੀ ਦੱਸ ਦਾਂਗਾ ਅਨ ਅਕੈਡਮੀ ਦੇ ਸਬੰਧ ਵਿੱਚ ਤੁਹਾਨੂੰ ਮੈਂ ਲਿੰਕ ਇਸ ਵੀਡੀਓ ਦੇ ਕਮੈਂਟ ਬਾਕਸ ਚ ਦੇ ਦਾਂਗਾ ਡਿਸਕ੍ਰਿਪਸ਼ਨ ਬਾਕਸ ਦੇ ਦਾਂਗਾ ਜਿੱਥੇ ਤੁਸੀਂ ਕਲਿੱਕ ਕਰਕੇ ਡਾਇਰੈਕਟ ਯਾਨੀ ਮੈਨੂੰ ਫੋਲੋ ਕਰਨਾ ਨਹੀਂ ਭੁੱਲਿਓ ਠੀਕ ਹੈ ਉੱਥੇ ਤੁਹਾਨੂੰ ਮਿਲੇਗਾ ਰੈਫਰੈਂਸ ਮਿਲੇਗਾ ਸਾਡੇ ਕੋਚਿੰਗ ਆਨਰ ਦਾ ਔਰ ਉਸ ਦੇ ਅਲਾਵਾ ਤੁਸੀਂ ਉਸ ਨੂੰ ਫੋਲੋ ਕਰੋ ਫੋਲੋ ਕਰਨ ਤੋਂ ਬਾਅਦ ਤੁਸੀਂ ਲੈਕਚਰਸ ਦੇਖ ਸਕਦੇ ਹੋ ਇਸ ਤੋਂ ਇਲਾਵਾ ਦੋਸਤੋ ਜੋ ਇਹ ਸਿਲੇਬਸ ਹੈ ਸਿਲੇਬਸ ਅਸੀਂ 1 ਬਾਈ 1 ਕਵਰ ਕਰਵਾ ਰਹੇ ਹਾਂ ਡੇਲੀ ਸਾਡੀਆਂ ਲਾਈਵ ਕਲਾਸਸ ਨੇ ਬਾਰ ਬਾਰ ਤੁਹਾਨੂੰ ਮੈਂ ਰਿਪੀਟ ਕਰਾਂਗਾ ਲਾਈਵ ਕਲਾਸਸ ਦੇਖਣਾ ਨਹੀਂ ਭੁੱਲਣਾ ਔਰ ਮੈਕਸਿਮਮ ਟਾਈਮ ਤੱਕ ਸ਼ੇਅਰ ਕਰ ਦਿਓ ਤਾਂ ਕਿ ਜਿੰਨੇ ਵੀ ਸਟੂਡੈਂਟਸ ਇੱਥੇ ਫਾਰਮ ਭਰਨਗੇ ਚਾਹੇ ਉਹ 60000 ਭਰਦੇ ਨੇ 70000 ਭਰਦੇ ਨੇ 80000 ਸਟੂਡੈਂਟਸ ਫਾਰਮ ਭਰਦੇ ਨੇ ਕਿਉਂਕਿ ਹਰ ਕਿਸੇ ਨੂੰ ਕਿਸੇ ਨਾ ਇਹ ਹੈਗਾ ਕਿ ਐਲਡੀਸੀ ਦੇ ਵਿੱਚ ਤਾਂ ਕਿਸੇ ਕੋਲੇ ਚਾਹ ਬੀਏ ਹੈ ਬੀਐਸਸੀ ਹੈ ਬੀਸੀਏ ਹੈ ਬੀਟੈਕ ਹੈ ਬੀਕਾਮ ਕੀਤਾ ਸਾਰੇ ਕੈਂਡੀਡੇਟਸ ਐਲੀਜੀਬਲ ਨੇ ਠੀਕ ਹੈ ਸ ਦੋਸਤੋ ਇੱਥੇ ਕਿਸੇ ਵੀ ਸਟੂਡੈਂਟਸ ਨੇ ਅਗਰ ਕੋਚਿੰਗ ਸੈਂਟਰ ਚ ਜਾ ਕੇ ਮਾਦਾ ਨਹੀਂ ਹੈ ਕਿ ਤੁਸੀਂ 25 ਤੋਂ 30000 ਰੁਪਏ ਪੇਮੈਂਟ ਦਵੋ ਉਸ ਤੋਂ ਇਲਾਵਾ ਤੁਸੀਂ ਫਿਰ ਖੱਜਲ ਖਰਾਬ ਹੋ ਬਸਤੇ ਆਉਣਾ ਜਾਣਾ ਪਰੇਸ਼ਾਨੀਆਂ ਤੇ ਗਿਲਜ਼ Mentor ਤੁਹਾਡੇ ਲਈ ਬਹੁਤ ਬਿਹਤਰ ਪਲੇਟਫਾਰਮ ਹੈ ਠੀਕ ਹੈ ਬਹੁਤ ਜਲਦੀ ਤੁਹਾਡੇ ਲਈ ਇੱਕ ਬੰਮਫਰ ਕੁਛ ਪ੍ਰਾਈ ਕਰਨ ਜਾ ਰਹੇ ਹਾਂ ਅਸੀਂ ਤੁਹਾਡੇ ਲਈ ਐਦਾ ਕਰਨ ਜਾ ਰਹੇ ਹਾਂ ਕਿ ਇੱਕ ਆਨਲਾਈਨ ਪਲੇਟਫਾਰਮ ਬਣਾ ਰਹੇ ਹਾਂ ਅਸੀਂ ਗਿਲਜ਼ Mentor ਦਾ ਜਿੱਥੇ ਤੁਹਾਨੂੰ ਕੰਪਲੀਟ ਤੌਰ ਤੇ ਪੀਐਸਪੀਸੀਲ ਦੇ ਸਬੰਧ ਚ 250 ਮੌਕ ਟੈਸਟ ਮਿਲਣਗੇ ਤੁਸੀਂ ਆਰਾਮ ਨਾਲ ਘਰ ਬੈਠੇ ਡੇਲੀ ਫੈਂਟੈਸਟਿਕ ਤਰੀਕੇ ਦੀ ਤਿਆਰੀ ਕਰੋਗੇ ਸਾਡਾ ਪ੍ਰਯਾਸ ਇਹ ਹੋਏਗਾ ਕਿ ਤੁਹਾਨੂੰ ਹਰ ਤਰੀਕੇ ਦਾ ਇੱਕ ਮਟੀਰੀਅਲ ਅਵੇਲੇਬਲ ਕਰਵਾਵਾਂਗੇ ਜਿੱਦਾਂ ਕਿ ਤੁਸੀਂ ਘਰੋਂ ਬੈਠ ਕੇ ਆਪਣਾ ਇਤਿਹਾਸ ਬਣਾ ਸਕੋ ਕਿ ਕੋਚਿੰਗ ਘਰੋਂ ਬੈਠ ਕੇ ਵੀ ਕਰਕੇ ਅਸੀਂ ਅੱਗੇ ਨਿਕਲ ਸਕਦੇ ਹਾਂ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਕਿ ਜਿਹੜੇ ਫਾਈਨਲ ਇਅਰ ਸਟੂਡੈਂਟਸ ਦੀ ਗੱਲ ਹੋਗੀ ਸਾਰੀ ਗੱਲ ਹੋਗੀ ਐਗਜ਼ਾਮ ਕਦੋਂ ਹੋ ਸਕਦਾ ਹੈ ਮੇਰੇ ਪਿਆਰੇ ਬੰਦੂ ਐਗਜ਼ਾਮ ਹੋਣ ਦੀ ਜਿੰਨਾ ਤੱਕ ਗੱਲ ਕਰਦੇ ਆ ਅਕਤੂਬਰ ਤੱਕ ਤੁਹਾਡੇ ਫਾਰਮ ਪਰੇ ਜਾਣਗੇ ਉਮੀਦ ਐਦਾ ਹੁੰਦੀ ਹੈ ਕਿ ਸਟੇਟ ਗਵਰਨਮੈਂਟ ਦੇ ਹਮੇਸ਼ਾ ਜੋ ਫਾਰਮ ਹੁੰਦੇ ਉਹਨਾਂ ਦੀ ਡੇਟ ਐਕਸਟੈਂਡ ਹੋ ਜਾਂਦੀ ਹੈ ਨੀਅਰ ਅਬਾਊਟ ਲਗਭਗ 15 ਅਕਤੂਬਰ ਦੇ ਸਮਥਿੰਗ ਦੀ ਡੇਟ ਐਕਸਟੈਂਡ ਹੋਏਗੀ ਸੰਭਾਵਨਾ ਐਦਾ ਹੈ ਲੇਕਿਨ ਸ਼ੋਰਟ ਹੀ ਨਹੀਂ ਕਹਿ ਸਕਦੇ ਮੰਦੇ ਚੱਲਦੇ ਕਿ ਅਕਤੂਬਰ ਚ ਤੁਹਾਡਾ ਰਿਟਨ ਐਗਜ਼ਾਮ ਹੋਣ ਦੇ ਬਹੁਤ ਹੀ ਘੱਟ ਚਾਂਸੇਜ਼ ਨੇ ਤਾਂ ਲਗਭਗ ਰਿਟਨ ਐਗਜ਼ਾਮ ਹੋਣ ਦੇ ਚਾਂਸੇਜ਼ ਰਹਿਣਗੇ ਦਸੰਬਰ ਦਾ ਲਾਸਟ ਵੀਕ ਅਗਰ ਦਸੰਬਰ ਦਾ ਲਾਸਟ ਵੀਕ ਤਦ ਹੋ ਸਕਦਾ ਹੈ ਜੇ ਰੇਲਵੇ ਨੇ ਐਨਟੀਪੀਸੀ ਜਾਂ ਗਰੁੱਪ ਡੀ ਦਾ ਪੇਪਰ ਨਹੀਂ ਲਿਆ ਕਿਉਂਕਿ ਬੈਂਕਿੰਗ ਦੇ ਐਗਜ਼ਾਮ ਆਉਣਗੇ ਤੁਹਾਨੂੰ ਪਤਾ ਹੈ ਕਿ ਬੈਂਕਿੰਗ ਐਗਜ਼ਾਮ ਦੇ ਸੈਟਰਡੇ ਸੰਡੇ ਕੰਡਕਟ ਕੀਤੇ ਜਾਂਦੇ ਹਨ ਬੈਂਕਿੰਗ ਐਗਜ਼ਾਮ ਦਾ ਨੋਟੀਫਿਕੇਸ਼ਨ ਮਾਰਚ ਚ ਆ ਜਾਂਦਾ ਜਿਸ ਕਰਕੇ ਕੋਈ ਵੀ ਆਨਲਾਈਨ ਜਿੱਥੇ ਵੀ ਸੈਂਟਰ ਨੇ ਉਹ ਉਹ ਦੀ ਡੇਟ ਚੇਂਜ ਨਹੀਂ ਕਰ ਸਕਦੇ ਅਗਰ ਐਦਾਂ ਦੀ ਚੀਜ਼ ਆਉਂਦੀ ਹੈ ਤਾਂ ਸਾਡਾ ਐਗਜ਼ਾਮ 101% ਜਨਵਰੀ ਜਾਂ ਫਰਵਰੀ ਚ ਜਾਏਗਾ ਇਹ ਪੂਰੀ ਪੂਰੀ ਸੰਭਾਵਨਾ ਹੈ ਦਸੰਬਰ ਦੇ ਵਿੱਚ ਮੈਂ ਤੁਹਾਨੂੰ ਕਹਿ ਰਿਹਾ ਹਾਂ ਇਹ ਆਫੀਸ਼ੀਅਲੀ ਡਾਟਾ ਨਹੀਂ ਹੈ ਇਹ ਸਾਡਾ ਇੱਕ ਇੱਕ ਸਪੈਕੂਲੇਸ਼ਨ ਹੈ ਸਾਡਾ ਐਸਟੀਮੇਟ ਹੈ ਕਿ ਦਸੰਬਰ ਦੇ ਵਿੱਚ ਹੋ ਸਕਦਾ ਹੈ ਸ਼ਡਿਊਲ ਬਣ ਸਕੇ ਅਗਰ ਨਹੀਂ ਬਣਦਾ ਕਿਉਂਕਿ ਪੀਐਸਪੀਸੀਲ ਦਾ ਐਗਜ਼ਾਮ ਐਵਰੀਬਾਡੀ ਨੋਜ਼ ਸਭ ਜਿਹੜੇ ਲੋਕ ਜਾਣਦੇ ਹੈ ਕਿ ਲਗਭਗ ਪਿਛਲੇ ਘਿਹੜੇ ਇਹ 15 ਤੋਂ ਲੈ ਕੇ 18 ਸੱਤ ਸ਼ਿਫਟਾਂ ਚ ਪੇਪਰ ਹੋਇਆ ਸੀਗਾ ਸੱਤ ਸ਼ਿਫਟਾਂ ਦਾ ਮਤਲਬ ਹੈ 15 ਇਵਨਿੰਗ ਫਿਰ 16 ਮਾਰਨਿੰਗ 16 ਇਵਨਿੰਗ 17 ਮਾਰਨਿੰਗ 17 ਇਵਨਿੰਗ 18 ਮਾਰਨਿੰਗ 18 ਇਵਨਿੰਗ ਕਲੀਅਰ ਹੈ ਤਾਂ ਅਗਰ ਮਾਰਨਿੰਗ ਇਵਨਿੰਗ ਪੇਪਰ ਹੁੰਦਾ ਹੈ ਤਾਂ ਮੇਰੇ ਪਿਆਰੇ ਦੋਸਤੋ ਇਸ ਲਈ ਲਗਭਗ ਇਹ ਕਹਿ ਸਕਦੇ ਆ ਕਿ ਪੂਰਾ 1 ਮੰਥ ਦੇ ਅੰਦਰ ਪੇਪਰ ਚੱਲੇਗਾ ਤਾਂ ਜਨਵਰੀ ਦੇ ਵਿੱਚ ਪੇਪਰ ਜਾਣ ਦੇ 101% ਸੰਭਾਵਨਾ ਹੈ ਪੂਰੇ ਚਾਂਸਸ ਹੈ ਹੋਪ ਕਿ ਤੁਹਾਨੂੰ ਸਾਰੀ ਜਾਣਕਾਰੀ ਸਮਝ ਆ ਗਈ ਹੋਏਗੀ ਇਸੇ ਕਰਕੇ ਸਾਡਾ ਟਾਰਗੇਟ 120 ਦਿਨਾਂ ਦਾ ਹੈ ਜੇ ਤੁਸੀਂ ਸੈਸ਼ਨ ਲੈਕਚਰਸ ਨਹੀਂ ਦੇਖੇ ਸੈਸ਼ਨ ਨਹੀਂ ਦੇਖੇ YouTube ਦੇ ਸਾਡੇ ਚੈਨਲ ਤੇ ਜਾਓ ਸਬਸਕ੍ਰਾਈਬ ਕਰੋ ਚੈਨਲ ਨੂੰ ਬੈਲ ਆਈਕਨ ਨੂੰ ਪ੍ਰੈਸ ਕਰੋ ਉਸ ਦੇ ਨਾਲ ਤੁਸੀਂ ਪਲੇਲਿਸਟ ਜਾਓ ਸਾਰੇ ਟੌਪਿਕਸ ਤੁਹਾਨੂੰ 1 ਬਾਈ 1 ਮਿਲ ਜਾਣਗੇ ਠੀਕ ਹੈ ਰੀਜਨਿੰਗ ਮੈਥਸ ਜਿੱਦਾਂ ਵੀ ਤੁਸੀਂ ਦੇਖਣਾ ਚਾਹੁੰਦੇ ਹੋ ਦੋਸਤੋ ਸਾਡਾ ਪ੍ਰਯਾਸ ਹੈ ਤੁਹਾਡੀ ਕਾਮਯਾਬੀ ਹੀ ਸਾਡਾ ਮਿਸ਼ਨ ਹੈ ਔਰ ਬਸ ਤੁਹਾਡੇ ਨਾਲ ਅਸੀਂ ਮਿਲ ਕੇ ਚੱਲਣਾ ਹੈ ਇਸ ਸੈਸ਼ਨ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਸਟੂਡੈਂਟਸ ਨੂੰ ਕਲੀਅਰ ਹੋ ਜਾਏ ਕੋਈ ਵੀ ਸਟੂਡੈਂਟਸ ਦੁਆਰੇ ਨਹੀਂ ਪੁੱਛੇਗਾ ਸਿਲੇਬਸ ਕੀ ਹੈ ਠੀਕ ਹੈ ਉਸ ਤੋਂ ਇਲਾਵਾ ਪ੍ਰਪੇਅਰ ਕਿਵੇਂ ਕਰੀਏ ਜੀ ای ਡਬਲਯੂ ਐਸ ਕੀ ਹੈ ਫਾਈਨਲ ਇਅਰ ਕਿਵੇਂ ਭਰਾਂਗੇ ਜੀ ਸਟੱਡੀ ਨੋਟਸ ਕਿੱਥੋਂ ਮਿਲਣਗੇ ਡੇਟ ਕੀ ਇਗਜ਼ਾਮ ਦੀ ਕੀ ਹੈ ਬਹੁਤ ਜ਼ਿਆਦਾ ਕਈ ਵਾਰੀ ਹਾਸਾ ਆਉਂਦਾ ਹੈ ਹਜੇ ਫਾਰਮ ਭਰਨੇ ਸ਼ੁਰੂ ਨਹੀਂ ਹੋਏ ਠੀਕ ਹੈ ਜੀ ਹਜੇ ਫਾਰਮ ਭਰਨੇ ਸ਼ੁਰੂ ਨਹੀਂ ਹੋਇਆ ਪਹਿਲਾਂ ਬਹੁਤ ਸਾਰੇ ਪੁੱਛਦੇ ਨੇ ਸਟੂਡੈਂਟ ਸਰ ਪੇਪਰ ਕਦੋਂ ਹੋਏਗਾ ਹੁਣ ਗੱਲ ਇਹ ਕਰਦੇ ਆਂ ਬੜੀ ਵਿਚਿੱਤਰ ਜੀ ਗੱਲ ਹਾਸਾ ਵੀ ਆਉਂਦਾ ਪਰ ਕਈ ਵਾਰੀ ਸੋਚਦੇ ਆਂ ਵੀ ਸਟੂਡੈਂਟਸ ਭਾਵੁਕ ਨੇ ਕਿਉਂਕਿ ਉਹਨਾਂ ਨੂੰ ਉਮੀਦ ਹੋਣੀ ਚਾਹੀਦੀ ਹੈ ਕਿ ਪੇਪਰ ਕਦੋਂ ਆਏ ਠੀਕ ਹੈ ਤੁਸੀਂ ਇਹ ਫਿਕਰ ਨਾ ਕਰੋ ਪੇਪਰ ਕਦੋਂ ਆਏ ਤੁਸੀਂ ਤੁਹਾਡੇ ਟੌਪਿਕਸ ਕਵਰ ਕਰੋ ਪ੍ਰੀਪਰੇਸ਼ਨ ਕਰੋ ਅੱਛੇ ਤਰੀਕੇ ਨਾਲ ਕਰੋ ਜੰਮ ਕੇ ਕਰੋ ਪੂਰੀ ਮਤਲਬ ਪੂਰੀ ਜਾਨ ਲਾ ਦਿਓ ਠੀਕ ਹੈ ਜੇ ਅਸੀਂ ਮਿਹਨਤ ਕਰਾਂਗੇ ਕਹਿੰਦੇ ਆ ਕਿ ਜੇ ਅਸੀਂ ਕਹਿ ਦਈਏ ਵੀ ਸਾਡੀ ਕਿਸਮਤ ਖਰਾਬ ਹੈ ਕਿਸਮਤ ਖਰਾਬ ਹੋ ਸਕਦੀ ਪਰ ਵਕਤ ਖਰਾਬ ਨਹੀਂ ਹੋ ਸਕਦਾ ਕਿਉਂਕਿ ਵਕਤ ਅੱਜ ਖਰਾਬ ਹੈ ਤਾਂ ਕੱਲ ਜ਼ਰੂਰ ਅੱਛਾ ਹੋਏਗਾ ਇਸ ਚੀਜ਼ ਨੂੰ ਤੁਸੀਂ ਅੱਛੇ ਤਰੀਕੇ ਨਾਲ ਧਿਆਨ ਰੱਖਣਾ ਹੈ ਦੋਸਤੋ ਸਾਡਾ ਪ੍ਰਯਾਸ ਤੁਹਾਨੂੰ ਕਿਸੇ ਪ੍ਰਕਾਰ ਦਾ ਡਾਊਟ ਹੋਵੇ ਤੁਸੀਂ ਆਪਣਾ ਮੈਸੇਜ ਛੱਡ ਦਿਓ ਸਾਡੀ ਟੀਮ ਕੋਸ਼ਿਸ਼ ਕਰੇਗੀ ਤੁਰੰਤ ਨਹੀਂ ਤਾਂ ਥੋੜਾ ਟਾਈਮ ਬਾਅਦ ਤੁਹਾਨੂੰ ਰਿਪਲਾਈ ਜ਼ਰੂਰ ਕਰਾਂਗੇ ਤੁਹਾਡੇ ਨਾਲ ਹੀ ਸਾਡਾ ਇੱਕ ਪ੍ਰਯਾਸ ਹੈ ਕਿ ਤੁਹਾਨੂੰ ਅੱਛੇ ਲੈਵਲ ਦੀ ਤਿਆਰੀ ਕਰਵਾਉਣੀ ਹੈ ਤਾਂ ਦੋਸਤੋ ਸਾਰਾ ਕੁਝ ਸਮਝ ਆ ਗਿਆ ਹੋਵੇਗਾ ਤਾਂ ਥੈਂਕ ਯੂ ਸੋ ਮੱਚ ਤੁਸੀਂ ਆਪਣਾ ਬੇਸ਼ਕੀਮਤੀ ਸਮਾਂ ਦਿੱਤਾ ਮੈਂ ਤੁਹਾਨੂੰ ਮਿਲਾਂਗਾ ਨੈਕਸਟ ਸੈਸ਼ਨ 'ਚ ਤਦ ਤੱਕ ਖਿਆਲ ਰੱਖੋ ਟੇਕ ਕੇਅਰ ਬਾਏ ਬਾਏ